ਮੀਂਹ ਜ਼ੋਰਾਂ ਸ਼ੋਰਾਂ ਦੇ ਆ ਜੀ, ਟਨਲਾਂ ਬਣੀ ਜਾਂਦੀਆਂ ਨਵੀਆਂ ਤੋਂ ਨਵੀਆਂ। ਨਾਲ ਨੰਬਰ 11 ਆ ਗਈ ਜੀ, ਸਪੀਡ ਲਿਮਿਟ ਆਰਾਮ ਨਾਲ ਚੱਲ 5.5 ਕਿਲੋਮੀਟਰ ਦੀ ਆ, ਚਾਨਣ 5.5 ਕਿਲੋਮੀਟਰ। ਦੇਖੋ ਜੀ ਟਨਲ ਕਿੰਨੀ ਸੋਹਣੀ ਬਣਾਈ ਆ। ਟਨਲ ਆਪਾਂ ਕ੍ਰੋਸ ਕਰਕੇ ਫਿਰ ਬਾਹਰ ਆ ਗਏ ਹਾਂ ਜੀ। ਬਹੁਤ ਹੀ ਵਧੀਆ ਟਨਲ ਸੀ ਬਣੀ ਜੀ, ਦੇਖੋ ਜੀ। ਟਨਲ ਆ ਗਈ ਹੈ ਜੀ, 13 ਨੰਬਰ ਟਨਲ। ਅੱਗੇ 11, 12 ਇਹ 13 ਨੰਬਰ ਟਨਲ ਆ ਗਈ ਆ ਜੀ, 5ਵੀਂ ਟਨਲ ਆ ਜੀ। ਲਓ ਜੀ, ਜਿਹੜੀ ਪਹਿਲੀ ਟਨਲ ਬਣੀ ਸੀ, ਸਭ ਤੋਂ ਪਹਿਲਾਂ ਟਨਲ ਪੁਰਾਣੀ, ਉਹ ਸ਼ੁਰੂ ਹੋ ਗਈ ਆ ਜੀ। ਇਹ ਕੱਚੀ ਆ, ਇਹ ਟਨਲ ਕੱਚੀ ਆ ਜੀ, ਇਹ ਅੰਦਰੋਂ ਕੱਚੀ ਆ। ਹਾਂਜੀ, ਇਹ ਚੋਦੀ ਵੀ ਆ ਪਾਣੀ ਦਾ, ਹਨੇਰਾ ਹੋਣ ਕਰਕੇ ਤੁਹਾਨੂੰ ਚੰਗੀ ਤਰ੍ਹਾਂ ਦਿਂਦੀ ਨਹੀਂ ਹੋਊਗੀ। ਅੰਦਰ ਲਾਈਟਾਂ ਥੋੜੀਆਂ ਲੱਗੀਆਂ ਇਹਦੇ ਵਿੱਚ ਜੀ, ਬਾਹਰ ਜਾ ਕੇ ਦਿਖਾਉਂਦੇ ਹਾਂ। ਇਹਦੇ ਵਿੱਚੋਂ ਜੀ ਪਾਣੀ ਵੀ ਸਿੰਮਦਾ ਆ,
ਘਰ ਬਣੇ ਭੌਂਤਰ ਸ਼ਹਿਰ 'ਚ। ਆ ਜੀ ਮਨੀਕਰਨ ਨੂੰ ਰਾਹ ਜਾਂਦਾ, ਉੱਥੋਂ ਮਨਾਲੀ ਨੂੰ ਰਾਹ ਅਲੱਗ ਹੋ ਗਿਆ ਜੀ, ਅਤੇ ਮਨੀਕਰਨ ਨੂੰ ਇੱਥੋਂ ਰਾਹ ਚੇਂਜ ਹੋ ਜਾਂਦਾ ਜੀ। ਕੁਦਰਤ ਵੀ ਪਰੇ ਤੋਂ ਪਰੇ ਆ ਜੀ। ਲਓ ਜੀ ਮਨੀਕਰਨ ਸਾਹਿਬ ਪਹੁੰਚ ਗਏ ਹਾਂ, ਮੀਂਹ ਪਈ ਜਾਂਦਾ ਆ। ਪਾਣੀ ਬਹੁਤ ਤੇਜ਼ ਆ,